ਇਹਨਾਂ ਚੀਜ਼ਾਂ ਨੂੰ ਯਾਦ ਰੱਖਿਓ। ਕੋਈ ਸਮਾਂ ਸੀ ਦੇਵਤਿਆਂ ਦਾ ਪਹਿਰਾ ਸੀ, ਜਿਹੜਾ ਇਸ ਵੇਲੇ ਸਮਾਂ ਜਾ ਰਿਹਾ ਹੈ ਸ਼ਹੀਦ ਸਿੰਘਾਂ ਦਾ ਪਹਿਰਾ। ਆਖੋ ਸਤਨਾਮ ਜੀ। ਆਉਣ ਵਾਲੇ ਸਮੇਂ ਵਿੱਚ ਸ਼ਹੀਦ ਸਿੰਘਾਂ ਦੇ ਚਰਨਾਂ ਦੇ ਵਿੱਚ ਜਾਨ ਵੀ ਲੱਗ ਜੇ, ਉਹ ਵੀ ਥੋੜ੍ਹੀ ਥੋੜ੍ਹੀ। ਦੋ ਦਿਨ ਹੋਰ ਪ੍ਰੋਗਰਾਮ ਚੱਲਣਾ, ਜਿਹੜੇ ਅੱਜ ਨਹੀਂ ਆ ਸਕੇ ਘਰਾਂ 'ਚ ਬੈਠੇ ਹੈ ਆਵਾਜ਼ ਸੁਣ ਰਹੇ ਹੋਣ ਜਾਂ ਤੁਹਾਡੇ ਰਾਹੀਂ ਉਹਨਾਂ ਨੂੰ ਸੁਣਿਆ ਮਿਲੇ ਜਾਂ ਤੁਸੀਂ ਬੈਠੇ ਹੋ, ਬਿਲਕੁਲ ਮਿਸ ਨਾ ਕਰਿਓ। ਇਹ ਸਮੇਂ ਜਾ ਰਹੇ ਨੇ ਸ਼ਹੀਦ ਸਿੰਘਾਂ ਦਾ ਪਹਿਰਾ, ਆਪਾਂ ਸ਼ਹੀਦ ਸਿੰਘਾਂ ਦੀਆਂ ਜਾਨ ਵਾਰ ਕੇ ਵੀ ਖੁਸ਼ੀਆਂ ਲੈਣੀਆਂ ਖੁਸ਼ੀਆਂ ਨੇ। ਜਦੋਂ ਮੈਂ ਐਤਵਾਰ ਚੁਪਹਿਰੇ ਤੇ ਜਾਂਦਾ ਨਾ ਬਾਬਾ ਦੀਪ ਸਿੰਘ ਦਰ ਤੇ, ਰਾਜ ਟਾਲਾ ਸਾਹਿਬ ਵੀ ਆਉਂਦਾ ਤੇ ਬਾਬਾ ਨੌ ਸਿੰਘ ਦਾ ਸਥਾਨ ਵੀ ਆਉਂਦਾ, ਤਰਨ ਤਾਰਨ ਰੋਡ ਤੇ ਦੋਵੇਂ ਜਗ੍ਹਾ ਜਾਮ ਹੁੰਦਾ। ਆਖੋ ਸਤਨਾਮ। ਉੱਥੇ ਵੀ 5-7-10 ਮਿੰਟ ਲੱਗਦੇ ਹੈ, ਅਜੇ ਰੋਡ ਤੋਂ ਹੀ ਲੰਘਣਾ, ਉੱਥੇ ਵੀ ਲੱਗਦੇ ਬਾਬਾ ਨੌ ਸਿੰਘ। ਟ੍ਰੈਫਿਕ ਬੜੀ ਯਾਰ, 2000 ਤੇ ਕਾਰ ਲੱਗੀ ਹੁੰਦੀ ਹੈ, ਜਿਹੜਾ ਬਾਬਾ ਦਰਸ਼ਨ ਸਿੰਘ ਜੀ ਨੇ ਟਾਲਾ ਸਾਹਿਬ ਕਾਰ ਸਟੈਂਡ ਬਣਾਇਆ। ਹੁਣ ਕਿੰਨੀਆਂ ਕਾਰਾਂ ਅੰਦਰ ਜਾਣੀਆਂ ਵੀ ਨੇ, ਆਉਣੀਆਂ ਵੀ ਨੇ, ਰਸ਼ ਹੋ ਜਾਂਦਾ ਉੱਧਰ। 24 ਘੰਟੇ ਲੰਗਰ ਚੱਲਦਾ ਬਾਬਾ ਨੌ ਸਿੰਘ ਦੇ ਸਥਾਨ ਤੇ, ਖੁੱਲ੍ਹੇ ਸ਼ਹੀਦ ਸਿੰਘਾਂ ਲੰਗਰ ਲਾਇਆ, ਹਰ ਅਮੀਰ ਗਰੀਬ ਸਭ ਰਸਨਾਂ ਨੂੰ ਲਾਵੇ ਉੱਥੇ ਵੀ। ਹੁਣ ਇਹੋ ਜਿਹੇ ਵੇਲੇ ਲੇਟ ਵੀ ਹੋਈਦਾ ਕਈ, ਪਰ ਕਦੀ ਹਲਕਾ ਫੁਰਨਾ ਨਾ ਬਣਨ ਦਿਓ, ਸਗੋਂ ਖੁਸ਼ ਹੋਵੋ। ਬਾਬਾ ਦੀਪ ਸਿੰਘ ਮੈਂ 7 ਮਿੰਟ ਲੇਟ ਹੋ ਗਿਆ, ਕੋਈ ਨਹੀਂ, ਮੈਨੂੰ ਇੰਨੀ ਖੁਸ਼ੀ ਹੈ ਇਹ ਵਾਕਿਆ ਸ਼ਹੀਦ ਸਿੰਘਾਂ ਦਾ ਇਸ ਵੇਲੇ ਪਹਿਰਾ। ਸ਼ਹੀਦ ਸਿੰਘਾਂ ਦੇ ਅਸਥਾਨਾਂ ਦੇ ਸੜਕਾਂ ਤੇ ਜਾਣ ਲੱਗਿਆਂ ਵੀ ਸਮੇਂ ਲੱਗਦੇ। ਆ ਦੇਖ ਲਓ ਤੁਸੀਂ, ਸ਼ਨੀਵਾਰ ਰਾਤ ਤੋਂ ਰਸ਼ ਸ਼ੁਰੂ ਹੋ ਜਾਂਦਾ ਆ ਚਾਟੀ ਮਿੰਟ ਚੌਂਕ। ਆਖੋ ਸਤਨਾਮ। ਬਾਬਾ ਦੀਪ ਸਿੰਘ ਸਥਾਨ ਸ਼ਨੀਵਾਰ ਤੋਂ ਹੀ ਨਾ ਟਾਈਮ ਲੱਗਣਾ ਸ਼ੁਰੂ ਹੋ ਜਾਂਦਾ, ਘਰ ਜਾਈਏ ਇੱਧਰੋਂ ਆਈ, ਕਿਉਂਕਿ ਉਹ ਰਾਜ ਸਥਾਨ ਰਾਹ ਜਾਂਦਾ। ਤੇ ਐਤਵਾਰ ਫਿਰ ਕੁਛ ਕੁਝ ਨਾ, ਬਾਬਾ ਜੀ ਸੜਕਾਂ ਵੀ ਰੋਕ ਲੈਂਦੇ। ਆਖੋ ਸਤਨਾਮ। ਇਹ ਪਹਿਰਾ ਇਸ ਵੇਲੇ ਕੋਈ ਸਮਾਂ ਸੀ ਦੇਵਤਿਆਂ ਦਾ ਪਹਿਰਾ, ਇਸ ਵੇਲੇ ਜਿਹੜਾ ਪਹਿਰਾ ਸ਼ਹੀਦ ਸਿੰਘਾਂ ਦਾ। ਸ਼ਹੀਦ ਸਿੰਘਾਂ ਦੇ ਲਈ ਜੇ ਮਾਇਆ ਤੇ ਮਾਇਆ ਲਾ ਦਿਓ, ਜੇ ਤੁਹਾਡੇ ਕੋਲ ਸਰੀਰ ਦੀ ਤਾਕਤ ਤੇ ਉਹ ਲਾ ਦਿਓ, ਜੇ ਕੋਈ ਗੋਣੇ ਚੀਜ਼ ਬਣਾਉਣ ਦਾ ਤੇ ਉਹ ਲਾ ਦਿਓ, ਜੇ ਗੋਣੇ ਕੀਰਤਨ ਕਰਨ ਦਾ ਤੇ ਉਹ ਲਾ ਦਿਓ, ਕੁਛ ਨਹੀਂ ਸੁਣ ਬੈਠ ਕੇ ਸੁਣ ਸਕਦੇ ਹਾਂ ਕੀਰਤਨ ਤੇ ਉਹ ਲਾ ਦਿਓ। ਮਤਲਬ ਜਿਵੇਂ ਕੱਲ ਬੇਨਤੀ ਕੀਤੀ ਸੀ ਨਾ, 28 ਤਰੀਕ ਤੱਕ ਇੱਕ ਜਪਜੀਤ ਸਾਹਿਬ ਬਾਬਾ ਅਜੀਤ ਸਿੰਘ ਦਾ ਧਿਆਨ ਕਰਕੇ, ਇੱਕ ਜਪਜੀਤ ਸਾਹਿਬ ਬਾਬਾ ਜੁਝਾਰ ਸਿੰਘ ਜੀ ਦਾ, ਇੱਕ ਜਪਜੀਤ ਸਾਹਿਬ ਬਾਬਾ ਜ਼ੋਰਾਵਰ ਸਿੰਘ, ਇੱਕ ਜਪਜੀਤ ਸਾਹਿਬ ਬਾਬਾ ਫਤਿਹ ਸਿੰਘ ਜੀ, ਇੱਕ ਜਪਜੀਤ ਸਾਹਿਬ ਮਾਤਾ ਗੁਜਰ ਕੌਰ ਜੀ ਦਾ ਧਿਆਨ ਕਰ ਦਿੱਤੇ। ਜੋ ਵੀ ਕਰ ਸਕਦੇ ਆ ਇਸ ਵੇਲੇ ਪਹਿਰਾ ਉਹਨਾਂ ਦਾ, ਉਹਨਾਂ ਦੇ ਚਰਨਾਂ ਚੋਂ ਉਹਨਾਂ ਦਾ ਸਾਰਾ ਹੱਥ ਪੈ ਰਿਹਾ ਅਕਾਲ ਪੁਰਖ ਦੇ ਖਜ਼ਾਨੇ ਨਾਲ। ਆਖੋ ਸਤਨਾਮ। ਚਾਰੇ ਸਾਹਿਬ ਜਾਣ ਦਾ ਹੱਥ ਹੈ ਖਜ਼ਾਨੇ ਕੋਲ, ਗੁਰੂ ਦੇ ਖਜ਼ਾਨੇ ਕੋਲ, ਅਕਾਲ ਪੁਰਖ ਦੇ ਖਜ਼ਾਨੇ ਕੋਲ। ਜਿਹੜਾ ਸ਼ਬਦ ਕਈ ਵਾਰੀ ਬੋਲੀ ਦਾ ਨਾ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ, ਉਹਦੇ ਚ ਇੱਕ ਪੰਕਤੀ ਆਉਂਦੀ ਪਹੁੰਚੇ ਜਾਏ ਭੰਡਾਰੀ। ਆਖੋ ਸਤਨਾਮ। ਇਹੋ ਜਿਹੇ ਜਿਹੜੀਆਂ ਰੂਹਾਂ ਸਾਹਿਬਜ਼ਾਦਿਆਂ ਵਰਗੀਆਂ, ਮਾਤਾ ਜੀ ਵਰਗੀਆਂ, ਬਾਬਾ ਦੀਪ ਸਿੰਘ ਵਰਗੀਆਂ, ਬਾਬਾ ਬੁੱਢਾ ਸਾਹਿਬ ਵਰਗੀਆਂ, ਭਾਈ ਤਾਰੂ ਸਿੰਘ ਜੀ ਵਰਗੀਆਂ, ਬਾਬਾ ਬਿਧੀ ਚੰਦ ਸਾਹਿਬ ਵਰਗੀਆਂ, ਇਹੋ ਜਿਹੀਆਂ ਜਿਹੜੀਆਂ ਰੂਹਾਂ ਬਾਬਾ ਨੌ ਸਿੰਘ ਜੀ ਵਰਗੀਆਂ, ਇਹੋ ਜਿਹੀਆਂ ਰੂਹਾਂ ਨਿਰੰਕਾਰ ਦੇ ਭੰਡਾਰਿਆਂ ਤੱਕ ਪਹੁੰਚ ਜਾਂਦੀਆਂ। ਆਖੋ ਸਤਨਾਮ। ਪਹੁੰਚੇ ਜਾਏ ਅਸੀਂ ਮੰਗਦੇ ਹਾਂ ਫਿਰ ਸਾਡਿਆਂ ਵਰਗਿਆਂ ਦੀਆਂ ਉਹਨਾਂ ਭੰਡਾਰਿਆਂ ਵਿੱਚੋਂ ਝੋਲੀਆਂ ਭਰਦੇ ਗੱਜ ਕੇ। ਆਖੋ ਸਤਨਾਮ। ਇਸ ਲਈ ਸਾਰੀ ਸੰਗਤ ਰਿਸ਼ਤੇਦਾਰਾਂ ਨੂੰ ਪ੍ਰੇਰਨਾ ਦਿਓ, ਆਂਢ ਗੁਆਂਢ ਪ੍ਰੇਰਨਾ ਦਿਓ, ਪਰਿਵਾਰ 'ਚ ਪ੍ਰੇਰਨਾ ਦਿਓ, ਜਿਵੇਂ ਜਿਵੇਂ ਹੋ ਸਕੇ ਆਪਾਂ ਇਹ ਵੱਧ ਤੋਂ ਵੱਧ ਲਾਹਾ ਜਿਹੜਾ ਉਹਨੂੰ ਪ੍ਰਾਪਤ ਕਰੀਏ।
جس طرح دی بھی تواڈے کول گونے بہ کے سرون کر سکدے ہو کر لو سنا سکدے ہو کر لو کبتا بول لیندے ہو کر لو کیرتن کر لیندے ہو کر لو مایا وے تے اودے کولو کر لو جھوٹے برتن مانج سکدے اودے رو کر لو ڈنگر بنان وچ کر سکدے اودے او کر لو ہن کل جڑا اتنا کٹ سی وی حال دیاں بیبیاں جڑیاں ایتھے ساری دیہاڑی پاٹھ کردیاں بیبیاں بھیناں مرداواں ساڈیاں ساڈے پاپ کٹدیاں نے آکھو ساتھ نہاواں انہاں دا او کمرہ سرے تے وکھرا ہی ہے او وکھرا کمرہ رکھیا سرے تے انہاں او پھر انہاں نوں کل چھ کے سات واری دوبارہ دوبارہ لانا پیا پرشادیاں تے وی سنگت اجے بہت ہے پرشادے پھر پکاؤ آ گئے پرشادے پھر پکاؤ آ گئے خوشی ہوتی ہے اتنا کو بابے دا پروار صاحب جادیاں دا ماتا جی دا پروار اتنا کو وڈا ہو جائے کہ لنگر تھوڑ جان پروار ایڈا وڈا ہو جائے آکھو ساتھ نہ تو جڑے انہیں حاجریاں لاندے ہے اج بھی میری گل ہوئی بابا درشن سنگھ جی نال ٹالا صاحب والے تے اگے بھی انہاں بھجن سنایا ہی اج بھی بارہ سال کوئی اے جڑا یگ کردا رہے ایک ہوندا اگنی جگ اگ بال کے نا اودے سمگری پاندے ہے تے کوئی منتر پڑھدے ہے بارہ سال او یگ کوئی کردا رہے ایک گھنٹا گرو نانک دیاں سنگتاں دے واسطے لو دے پرشادے پکا دے بارہ سال دا جڑا اگنی یگ ہے ایک گھنٹے وچ گرو گوبند سنگھ کہندے میں ایڈے سوکھے راہ کڈے ہوئے ہیں گرو گوبند سنگھ جی کہندے سکھی چڈے راہ کڈے ہے بارہ سال کوئی اگنی یگ کردا رہے کوئی گرو دیاں سنگتاں لئی بی بی آ کے کیوں جی گرمی ہوے سیک تے پیندا ہی سردیاں چ پھر بھی چلو کوئی نہیں پھر بھی ہوندا ہی آگے کو آ جدوں کوئی جانے ہاں سسکار کرن یار بندہ نال ہوندا ہے 500 نال ہوندا پر جدوں اونوں اگنی دیندے ہے دو تین کول رہ جاندے سارے کہندے پیچھے آ جاؤ بھائی او اگ دا سیک اوکھا ہے آکو ست نام سوکھا نہیں جڑیاں متاواں بھیناں بیبیاں ویر لو دے پرشادے او سیک نال پیندا ہے پر گرو گوبند سنگھ کہندے او 12 سال دا اگنی یگ کوئی کری جاوے ایک گھنٹہ لو دے پرشادے واہگرو جپدیاں سمرن کردیاں گرو دیاں سنگتاں لئی پکا لوے اوناں ہی مہاتم جو بھی پہ جائے گج کے کہہ دیو ستنامہ تو جنیاں پینا بتاوا یہ نہ سمجھو ساڈے چ گن نہیں ہے کوئی نہ کوئی گن ہے جس طرح دا ہے گا اے شہید سنگھاں دے دیہاڑیاں تے شہید سنگھاں دے چرناں وچ لائف لا دیو آکو ساتھ کوئی ایگو نہ رکھو کوئی یہ نہ سوچو بھی میں انج ہوندا نا ہن جنوں میں بولنا نہیں پنجابی لو ہی سکتا سوچ صرف دسنا سے بول دینا جنوں کہندے اچا نک آکھو ساتھ نہ ہاں اچا نک نہیں رکھنا شکر کرنا سیوا ملی ہے گج کے آکھو ساتھ نہ ہاں کسے طرح دی بھی نہیں تے لب لینی ہے پراپت کر لینی ہے ہوں پتہ نہیں بھین جی نے کتھا لائی کہ کنے جڑی برتن مانجن والی وہ جڑے مہاراج نے راہ دتا گرو گوبند سنگھ جی نے برتن مانجن والی بھائی جڑے تسی پچھلے پاپ کیتے نے جیوں جیوں برتن مانجو گے تیوں تیوں تہاڈے گرو نانک دا گھر دی بخشش پاپ مانجے مہاراج مہر کرے آؤ سما ہو گیا ہے بہت پیار نال سارے دھارنا پڑھ لو پھر اپنا سماپتی کرنی وڈی ہے قربانی تیرے لالا دی وڈی ہے قربانی تیرے لالا دی بولو جی وڈی ہے قربانی تیرے لالا دی
Yeah.